جملہ حاضرین نے بھی لوہے کے بزرگان دنیا تول گن تو نہ خیال لکھ لیوا ہم دسایا اس اگر اجازت ہوے بالکل مختصر دی حاضری دور دا سفر کر کے سید زادے کو حاضری دی بنائے ہیں دور دا سفر کر کے ایک تو مکانا وانڈے بنی اجازت ہے میں ذکر بعد وچ جا کروں سارا دی اجازت ہے ملت علی صلوات بھیجو والے محمد دے ذات نتنے ماتمی دے مکانی تشریف فرما ہو میں قصیدہ پڑھن لگا مرشد عباس علمدار دا اے ٹائم ایہو جی ہیں تسا بولو میں راضی ہاں تسا نہ بولو میں راضی ہاں تے ایویں تھوڑی تھوڑی کوشش کرائے کہنے لیے سوکے تین بھوکا سٹ ہے قصیدہ میں پوری طاقت نال پڑھ سا جتنے میرے گوال محمد کا جتنی لالا شبو جتنے ماتمی مکانی عزدار تشریف فرما ہو ایسی سلوات پڑھو مدینے والے سید راضی ہو جن اے وفا مند عائشہ غازی تے کیتی ہے وفا غازی وفا مند عائشہ غازی تے کیتی ہے وفا غازی وفا مند عائشہ غازی تے کیتی ہے وفا غازی وفا مند عائشہ غازی تے کیتی ہے وفا رجب شبان سارے پڑھ پڑھ کے آواز اپنی دید نہیں کرنی ذکر کے دید کرنی اتنے عزدار تشریف فرما ہو شاہ غازی تکیتی ہے وفا غازی وفا مدائی شاہ غازی تکیتی ہے وفا غازی تے آج جیڑا دنے تے آئے تے آج جیڑا دنے تے آئے ہزارا دی دعا غازی وفا مدائی شاہ کیا بات ہے سہی میں بسم اللہ کراں اج ہے 26 شبان 4 شبان المعظم کو میرا مخدوم مولا دنیا تے کیویں نزول ہویا پوری تو جو بھائی چار شبان کو جگتے آیا مول بنین دا جایا چار شبان کو جگتے آیا مول بنین دا جایا آکے تے بسم اللہ پڑھ کے آلی امیر کو چایا آکے تے بسم اللہ پڑھ کے آلی امیر کو چایا ہے دکھان دی دوا نتنے مکانی تشریف فرما ہو میں دسنا چاہنا امیر المومنین بادشاہ لجوال میرے مولا عباس علمدار دا جھولا کتھو منگایا بھائی جی آخری قصیدہ ادھا وین دے تھلے دعا تے سامنا چاہنا امیر المومنین بادشاہ مرشد عباس علمدار دا جھولا بابا ساجد شاہ جی کتھو منگایا ہے اجازت سارا دی اجازت ہے اچھا جنہاں دا موڈ ہے ہاتھ بلند کر کے حیدری اے پیری علی لجبال سکینے ارشاد منگوایا پیر علی لجبال سکینے ارشاد منگوایا لجبال سکھی ارشاد منگوایا دوے ہاتھ بلند کر کے نعرہ حیدری ارشاد منگوایا پیر علی لجبال سکھی ارشاد منگوایا ناند علی لوری پڑھ کے پاک حسنین جھلایا سونا جھولا جھولا غازی عباس دا سونا جھولا جھولا
ਹੈ ਬਾਈ ਮੈਂ ਬਿਸਮਿਲਲਾ ਕਰਾਂ ਜਨਾਬੇ ਜਬਰੀਲ ਅਰਸ਼ਾਂ ਤੇ ਝੂਲਾ ਬਣਾਇਆ ਸਾਰੇ ਮਲਾਇਕਾ ਇਕੱਠੇ ਹੋ ਕੇ ਸਰਦਾਰ ਮਲਾਇਕਾ ਦੇ ਸਾਹਮਣੇ ਆ ਗਏ ਆਦਿਨ ਜਬਰੀਲ ਐਡਾ ਸੋਹਣਾ ਝੂਲਾ ਬਣਾਈ ਸਾਕੂ ਦੱਸਾ ਤਾਂ ਸਹੀ ਇਹ ਝੂਲੇ ਸਮਸੀ ਕੌਣ ਇਹ ਅਰਸ਼ਾਂ ਤੂੰ ਫਰਸ਼ਾਂ ਤੇ ਜੋ ਵੰਜਣਾ ਹੈ ਅਸਾਂ ਮਲਾਇਕਾ ਦੇ ਨਾਲ ਇਹਦੀ ਕਿਹੜੀ ਡਿਊਟੀ ਲੱਗਣੀ ਹੈ ਇਹ ਅਰਸ਼ਾ ਤੂੰ ਫਰਸ਼ਾ ਤੇ ਵੰਜਣਾ ਹੈ ਇਹਦੇ ਵਿੱਚ ਸਮਸੀ ਕੌਣ ਤੇ ਸਾਡੀ ਕਿਹੜੀ ਡਿਊਟੀ ਹੋ ਸੀ ਸਮਸੀ ਕੌਣ ਤੇ ਸਾਡੀ ਕਿਹੜੀ ਡਿਊਟੀ ਹੋ ਸੀ ਜਿਹੜੇ ਵੇਲੇ ਮਲਾਇਕਾ ਸਵਾਲ ਕੀਤਾ ਓ ਬਿਸਮਿਲਲਾ ਕਰਮ ਜਿਹੜੇ ਵੇਲੇ ਮਲਾਇਕਾ ਸਵਾਲ ਕੀਤਾ ਸਰਦਾਰੇ ਮਲਾਇਕਾ ਮਲਾਇਕਾ ਦੇ ਪਾਸੇ ਦੇਖ ਕੇ ਕਿਹੜਾ ਜਵਾਬ ਦੇਣ ਬਈ ਈ ਪੀਂਗੇ ਵਿੱਚ ਸ਼ੇਰ ਚਲੀਦਾ ਸ਼ੇਰ ਆਰਾਮ ਕਰੇ ਸੀ ਸ਼ਬੀਰ ਝੁਲੇ ਸੀ ਸੋਹਣਾ ਝੂਲਾ ਝੂਲਾ ਗਾਜ਼ੀ ਅਬਾਸ ਦਾ ਸੋਹਣਾ ਝੂਲਾ ਝੂਲਾ ਜੀ 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 ਬਿਸਮਿਲਲਾ ਕਰਾਂ ਅੱਛਾ ਜੀ ਮਲਾਇਕਾ ਸਵਾਲ ਕੀਤਾ ਸਰਦਾਰ ਮਲਾਇਕਾ ਮਲਾਇਕਾ ਦੇ ਬਸ ਦੇ ਕਿਆ ਦਿਨ ਈ ਪੀਂਗੇ ਵਿੱਚ ਸ਼ੇਰ ਚਲੀਦਾ ਸ਼ੇਰ ਆਰਾਮ ਕਰੇ ਸੇ ਈ ਪੀਂਗੇ ਵਿੱਚ ਸ਼ੇਰ ਚਲੀਦਾ ਸ਼ੇਰ ਆਰਾਮ ਕਰੇ ਸੇ ਈ ਪੀਂਗੇ ਵਿੱਚ ਸ਼ੇਰ ਚਲੀਦਾ ਸ਼ੇਰ ਆਰਾਮ ਕਰੇ ਸੇ ਸੱਲੇ ਅਲਾ ਦਾ ਮੇਰੇ ਤਾਂ ਸਬਰ ਸੂਫਾ ਕਿ ਸ਼ਬੀਰ ਝੁਲੇ ਸੀ ਸੋਹਣਾ ਝੁਲਾ ਝੁਲਾ ਗਾਜ਼ੀ ਮਦੀਨੇ ਵਾਲੇ ਲੋਕ ਡੇਦੇ ਪੈ ਮੁਰਸ਼ਿਦ ਅਬਾਦ ਦਾ ਝੂਲਾ ਕਿਹੜੇ ਵੇਲੇ ਆ ਸੀ ਪਵੜੀ ਮੁਰਸ਼ਿਦ ਅਬਾਦ ਦਾ ਝੂਲਾ ਮਦੀਨੇ 'ਚ ਪਹੁੰਚਾ ਜਨਾਬੇ ਜਬਰੀਲ ਅਮੀਰ ਅਲ ਮੋਮਿਨੀਨ ਦੇ ਵਿਹੜੇ ਦੀ ਆਦੀ ਜਨਾਬੇ ਅਬਾਸ ਦਾ ਝੂਲਾ ਰੱਖਾ ਮਖਦੂਮੇ ਕੋਨੇ ਸੈਨ ਸੋਨੇ ਬਚੜੇ ਕੁਚਾ ਕੇ ਝੂਲੇ ਕੁਰੌਣਕ ਬਖਸ਼ੀ ਬਾਵੜੀ ਮਖਦੂਮ ਮੌਲਾ ਜਿਹੜੇ ਵੇਲੇ ਧੂਲੇ ਜਾਇਆ ਦੱਸਣਾ ਚਾਹਨਾ ਕਿਹੜੀ ਭੇਣ ਪਹਿਲੇ ਫਿਰਾ ਕੋ ਦੇਖਣਾ ਹੀ ਪੂਰੀ ਤੋਜੋ ਬਈ ਕੁੱਲ ਕਾਇਨਾਤ 'ਚ ਫਰਦੇ ਹਨ ਜਦ ਆਲੀ ਹਬੀਬੀ ਆਈਏ ਕੁੱਲ ਕਾਇਨਾਤ 'ਚ ਫਰਦੇ ਹਨ ਜਦ ਆਲੀ ਹਬੀਬੀ ਆਈਏ ਕੁੱਲ ਕਾਇਨਾਤ 'ਚ ਫਰਦੇ ਹਨ ਜਦ ਆਲੀ ਹਬੀਬੀ ਹਸਨ ਸੁਣੇ ਦਾਰੀ ਹਸਨ ਝੁਲੈਂਦੀ ਰਹੀਏ ਸੋਹਣਾ ਝੂਲਾ ਝੂਲਾ ਮੈਂ ਬਿਸਮਿਲਲਾ ਕਰਾਂ ਨਾਨਿੰਦ ਖਾਨਦਾਨ ਦੇ ਦਿੱਤੇ ਹੋਏ ਜ਼ੇਵਰ ਲਹਾ ਕੇ ਨਾਨਿੰਦ ਖਾਨਦਾਨ ਦੇ ਦਿੱਤੇ ਹੋਏ ਜ਼ੇਵਰ ਲਹਾ ਕੇ ਨਾਨਿਆਂ ਦੇ ਉਮਤਿਆਂ ਦੇ ਦਿੱਤੇ ਹੋਏ ਜ਼ੇਵਰ ਪਾ ਕੇ ਸਹਿਜ਼ਾਦਾ ਇਹੋ ਟਾਈਮ ਆਈ ਤੇਰੀ ਦਾਦੀ ਉਜੜ ਕੇ ਆ ਖੜੀ ਆ ਅਬਾਸ ਦੀ ਲਾਸ਼ ਤੇ ਬੀਬੀ ਦੇ ਗਾਜ਼ੀ ਜਾਗ ਅਕਬਾਲ ਦੇਖ ਨਾ ਭੈਣਾ ਕੈਦ ਹੋ ਕੇ ਸ਼ਾਮ ਪਈਆਂ ਵੈਂਦੀਆਂ ਨੇ ਮੈਂ ਸਦਕੇ ਦੇਵਾਂ ਦੇਖ ਭੈਣਾ ਕੈਦ ਹੋ ਕੇ ਸੈਦ ਜੋ ਹੈ ਜਾ ਹੋਆ ਜਲਦੀ ਦਿੱਤਾ ਭਾ ਬਲਦੀ ਬਾਬਾ ਮਖਦੂਮਾ ਕੌਣ ਹੈ ਇਨਸੈਨ ਬਿਰਾ ਦੀ ਲਾਸ਼ ਤੇ ਆਈ ਨੀਰ ਵਹਾ ਕੇ ਦੇ ਜਾਗ ਵੇ ਗਾਜ਼ੀ ਵੀਰ ਤੇਰੇ ਆਸਰੇ ਤੇ ਸਫ਼ਰ ਤੁਰੀਅਮ ਦੇਖ ਭੈਣਾ ਕੈਦ ਹੋ ਕੇ ਸ਼ਾਮ ਪਈਆਂ ਮੰਨਦੀਆਂ ਨੀ ਬਾਬਾ ਜੀ ਅਲੀ ਦੇ ਧੀ ਦੇ ਦਿਲ 'ਚ ਆ ਸਹੀ ਜੋ ਮੈਂ ਸੋਹਣੇ ਅਕਬਰ ਕੋ ਪਰਨੇ ਸਾਂ ਮੈਂ ਅਕਬਰ ਦੀ ਸੋਹਣੀ ਬਾਰਾਤ 'ਤੇ ਚੜਸਾਂ ਬਾਬਾ ਜੀ ਸ਼ਬੀਰ ਮਦੀਨੇ 'ਚੋਂ ਲੈ ਕੇ ਕਰਬਲਾ ਤੱਕ ਅਕਬਰ ਦੀ ਬਾਰਾਤ ਗਿਣ ਆਇਆ ਬਾਰਾਤ ਜਿਹੜੇ ਤਰੀਕੇ ਨਾਲ ਲਾਈ ਤੁਹਾਡੇ ਨਿੱਕੇ ਨਿੱਕੇ ਬੱਚਿਆਂ ਕੋ ਮਜ਼ਮੂਨ ਯਾਦ ਹੈ ਬਾਬਾ ਜੀ ਮੈਂ ਇਹ ਦੱਸਣਾ ਚਾਹੁੰਦਾ ਜੋ ਮਾਂ ਪੁੱਤਰ ਦੀ ਬਾਰਾਤ ਸ਼ਾਮ ਕਿਵੇਂ ਗਿਣ ਗਈ ਮੈਂ ਸਦਕੇ ਤੇਵਾਂ ਮਾਂ ਪੁੱਤਰ ਦੀ ਬਾਰਾਤ ਸ਼ਾਮ ਕਿਵੇਂ ਗਿਣ ਗਈ ਆਦਾ ਪੀਆ ਚੜੀ ਜੰਜ ਉਠਾ ਦੇ ਅਲੀ ਅਕਬਰ ਦੀ ਉਹ ਟੁਰੇ ਸ਼ਾਮ ਦੇ ਪਾਸੇ ਪਈਏ ਤਾਜ਼ੀਮ ਦਗੀ ਗੰਜ ਸਾਦਾ ਦੀ ਕੁੱਲ ਨਗਰੀ ਕੰਬਦੀ ਮਰਦੀ ਰੋ ਮਰੋ ਮੈਂ ਬਿਸਮਿਲਲਾ
ਦਾਦੀ ਮਦਗੀ ਦੇ ਗਨ ਸ਼ਾਹ ਦਾਦੀ ਗੋਲ ਨਗਰੀਏ ਕਮਲ ਮੁਰਸ਼ਦ ਅਬਾਸ ਦੇ ਰਮਾਇਣ ਕੀਤਾ ਆਦਬੀਆਂ ਆਖੀਆਂ ਦਰਵਾਜ਼ੇ ਨਾਲ ਚਾਰ ਸਾਲ ਦੀ ਮਾਸੂਮ ਹੁਸੈਨ ਖੜੀ ਜਿਹੜੀ ਗਏ ਵੇਲੇ ਕਿਹੜੇ ਪਾਸੇ ਲੈ ਦੀਏ ਗਏ ਵੇਲੇ ਕਿਹੜੇ ਪਾਸੇ ਲੈ ਦੀਏ ਮੁਰਸ਼ਿਦਾਦੀ ਕੋ ਗੁੱਸੇ ਦਾ ਨਜ਼ਰ ਨਹੀਂ ਆਉਂਦਾ ਯਾ ਅਚਾਨਕ ਮੇਰੀ ਸੈਣ ਦੀ ਮੁਰਸ਼ਿਦ ਬਾਉ ਦੀ ਲਾਜ ਤਦੀਨ ਭਈ ਬਾਂਦੀ ਬਾਂਦੀ ਕੋਟ ਦਵਾਲੇ ਉਹ ਮਿੱਟੀ ਤੇ ਬਹਿ ਗਈ ਹੈ ਚਾਚੇ ਦੀ ਲਾਜ ਤੋਂ ਲੈ ਕੇ ਗਵੈਣ ਕੀ ਦੱਸ ਬੀਬੀ ਆ ਜੇ ਤੂੰ ਸਾਹਮ ਪਿਆ ਹੈ ਮੇਰੇ ਦੁਰ ਲਹਿ ਗਏ ਤੇ ਇੱਥੇ